ਸਿਗਾਂ ਵੀ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਅੱਜ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਅਪਡੇਟ ਲੈ ਕੇ ਆਇਆ ਰਾਜੀ ਕਿਸੇ ਵੀ ਬੱਚੇ ਨੇ ਵੀਡੀਓ ਸਕਿਪ ਨਹੀਂ ਕਰਨੀ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਹਰ ਤਰ੍ਹਾਂ ਦੀ ਕੋਈ ਵੀ ਨਵੀਂ ਭਰਤੀ ਆਉਂਦੀ ਹੈ ਰਾਜੀ ਉਹਦੇ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੱਚਿਆਂ ਨੂੰ ਕੀ ਹੁੰਦਾ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ ਜਦੋਂ ਭਰਤੀ ਹੁਣ ਪਿਛਲੀ ਵਾਰ ਮੈਂ ਕਾਉਂਸਲਿੰਗ ਨੇ ਲਿਸਟਾ ਪਾੰਗਾ ਸੀ ਆਪਣੀ ਨੇ ਜੇਲ ਵਾਡਰ ਦੀਆਂ ਬਹੁਤ ਬੱਚਿਆਂ ਕੋਲੇ ਵੀਡੀਓ ਲੇਟ ਪਹੁੰਚੀ ਲੇਟ ਪਹੁੰਚੇ ਦਾ ਕਾਰਨ ਕੀ ਸੀ ਨੋਟੀਫਿਕੇਸ਼ਨ ਆਉਂ ਨਹੀਂ ਸੀ ਤਾਂ ਕਰਕੇ ਜੇ ਤੁਸੀਂ ਥੱਲੇ ਸਬਸਕ੍ਰਾਈਬਰ ਦਾ ਬਟਨ ਉਹਨਾਂ ਦਾ ਸਬਸਕ੍ਰਾਈਬ ਕਰਕੇ ਨਾਲ ਇੱਕ ਆਲ ਵਾਲਾ ਬਟਨ ਉਹਨਾਂ ਦਾ ਘੰਟੀ ਜੀ ਵਾਲਾ ਉਹਦੇ ਕਰਕੇ ਆਲ ਕਰ ਲੈ ਕਿਉਂਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਬੱਜ ਜਾ ਕਰੇ ਤੁਹਾਡੇ ਕੋਲੇ ਕੋਈ ਵੀ ਵੀਡੀਓ ਪਾਉਣਾ ਉਹਨਾਂ ਖੋਲ ਕੇ ਦੇਖ ਲੈ ਕਰੋ ਕਿਉਂਕਿ ਮੈਂ ਬਿਨਾ ਕੰਟੈਂਟ ਤੋਂ ਕੋਈ ਵੀ ਵੀਡੀਓ ਨਹੀਂ ਪਾਉਂਦਾ ਹਾਂ ਕਿਉਂਕਿ ਫੇਕ ਚੱਕ ਕੇ ਪਾਰਦੀ ਜਿਹਦੀ ਮੇਰੇ ਕੋਲੇ ਪੱਕੀ ਅਪਡੇਟ ਹੁੰਦੀ ਹੈ ਮੈਂ ਸਿਰਫ ਉਹੀ ਵੀਡੀਓ ਹਮੇਸ਼ਾ ਅਪਲੋਡ ਕਰਦਾ ਹਾਂ ਠੀਕ ਹੈ ਹੁਣ ਤੁਹਾਨੂੰ ਦੱਸ ਦਖੋਣਾਗਾ ਕਿ ਤੁਹਾਡਾ ਪਿਆਰ ਮੌਨਲਾਈਨ ਹੋਣਗੇ ਕਿਦੋਂ ਤੁਹਾਡੇ ਰੋਲ ਨੰਬਰ ਆਉਣੇ ਆ ਕਿਦੋਂ ਤੁਹਾਡਾ ਪੇਪਰ ਹੋਣਾ ਕਿਦੋਂ ਤੁਹਾਡਾ ਫਿਜ਼ੀਕਲ ਹੋਣਾ ਠੀਕ ਹੈ ਜੀ ਆਪਣੀ ਮਿਹਨਤ ਤੇ ਯਕੀਨ ਰੱਖੋ ਜਿਸ ਨੇ ਤੁਹਾਨੂੰ ਕੰਮਜਾਬ ਕਰਨਾ ਹੈ ਐਵੇਂ ਨਾ ਤੁਸੀਂ ਉਹਨਾਂ ਮੰਗ ਤੁਰੇ ਫਿਰਿਆ ਕਰੋ ਜੀ ਫਲਾਣਾ ਮੇ ਤਾਇ ਦਾ ਮੁੰਡਾ ਫਲਾਣਾ ਮੇ ਚਾਚੇ ਦਾ ਮੁੰਡਾ ਫਲਾਣਾ ਮੇਰਾ ਫੁੱਫੜਾ ਮੇਰਾ ਮਾਸੜ ਉਹ ਤੁਹਾਨੂੰ ਰਖਾ ਦੂਗਾ ਐਦਾਂ ਕਰ ਦੋ ਧਮਕਾ ਕਰ ਦੋ ਠੀਕ ਹੈ ਨਾ ਐਵੇਂ ਨਾ ਤਾਇ ਫੁੱਫੜਾ ਨੇ ਮੰਗ ਤੁਰੇ ਫਿਰੋ ਕਿਸੇ ਨੇ ਕੁਝ ਨਹੀਂ ਕਰਨਾ ਆਪ ਦੀ ਮਿਹਨਤ ਤੇ ਯਕੀਨ ਰੱਖੋ ਪੜ ਲਓਗੇ ਕੁਝ ਬਣ ਜਾਓਗੇ ਨਹੀਂ ਫਿਰ ਖੇਤੀਬਾੜੀ ਤਾਂ ਤੇ ਪ੍ਰਾਈਵੇਟ ਨੌਕਰੀਆਂ ਵੀ ਕਿਤੇ ਪਾਸੇ ਗਈਆਂ ਠੀਕ ਹੈ ਤਾਂ ਅੱਜ ਤੋਂ ਆਪਾਂ ਦੀ ਮਿਹਨਤ ਸ਼ੁਰੂ ਕਰ ਦੋ ਰਾਜੇ ਠੀਕ ਹੈ ਪੰਜਾਬ ਸਰਕਾਰ ਵੱਲੋਂ ਲਿਖਤੀ ਪੇਪਰ ਦੀ ਤਾਰੀਖ ਪਹਿਲਾਂ ਹੀ ਦੱਸ ਦਿੱਤੀ ਗਈ ਹੈ ਸਾਰੇ ਕੈਂਡੀਡੇਟ ਆਪਣੀ ਤਿਆਰੀ ਸ਼ੁਰੂ ਕਰ ਦੇਣ ਅੱਜ ਤੋਂ ਹੀ ਕਿ ਬਾਅਦ ਵਿੱਚ ਔਖਾ ਨਾ ਹੋਣਾ ਪਵੇ ਪੰਜਾਬ ਪੁਲਿਸ ਦੀ ਭਰਤੀ ਦੀ ਪੰਜਾਬ ਪੁਲਿਸ ਜਿਹੜੀ ਨਵੀਂ ਭਰਤੀ ਹੈ ਦੀ ساری ਰੂਪਰੇਖਾ ਤਿਆਰ ਹੋ ਚੁੱਕੀ ਹੈ ਕਿਉਂਕਿ ਮੁਲਾਜ਼ਮਾਂ ਦੀ ਬਹੁਤ ਜ਼ਿਆਦਾ ਘਾਟ ਹੈ ਐਡਿਕ ਸ਼ਪਾਂਗਾਂ ਦੀ ਮੈਟ 60 ਤੱਕ ਹੀ ਜਾਣੀ ਹੈ ਤੁਹਾਨੂੰ ਪਹਿਲਾਂ ਦੱਸਦਾ ਬਾਹਲੀ ਮੈਟ ਹਾਈ ਨਹੀਂ ਜਾਣੀ ਰਾਜੇ ਕਿਉਂਕਿ ਪਹਿਲਾਂ ਉਹੀ ਬੱਚੇ ਜਿਹੜੇ ਇੱਧਰ ਅਪਲਾਈ ਕਰਨਗੇ ਹ ਤਾਂ ਸਕਸੈਸ ਹੋਰ ਵੀ ਤੁਹਾਡੇ ਨੇੜੇ ਆਜੂਗੀ ਠੀਕ ਹੈ ਹੁਣ ਤੁਹਾਨੂੰ ਦਿਖਾਉਣਾ ਮੈਂ ਪ੍ਰੂਫ ਠੀਕ ਹੈ ਆ ਲੈਟਰ ਰਾਜ ਤੁਸੀਂ ਦੇਖਿਆ ਹੋਣਾਗਾ ਠੀਕ ਹੈ ਇਹ ਲੈਟਰ ਦੱਸਣੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹਣਾਗਾ ਕਿ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਕਾਂਸਟੇਬਲ ਦੀ ਪਲੱਸ ਚੰਡੀਗੜ੍ਹ ਪੁਲਿਸ ਦੀ ਜਾਂ ਕੱਲੀ ਚੰਡੀਗੜ੍ਹ ਪੁਲਿਸ ਦੀ ਪੀਟ੍ਰੀਪਲੱਸ ਕਲਰਕ ਦੀ ਠੀਕ ਹੈ ਵੀਡੀਓ ਦੀ ਤੇ ਬਾਕੀ ਰਾਜੇ ਹੁਣ ਤੁਹਾਨੂੰ ਪਤਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ 21 ਤਰੀਕ ਨੂੰ ਪੇਪਰ ਆਗਾ ਡਰਾਈਵਰਾਂ ਦਾ ਬਹੁਤ ਜ਼ਿਆਦਾ ਸੌਖਾ ਪੇਪਰ ਆਇਹ ਜਿਹੜਾ ਬੱਚੇ ਨੇ ਅਪਲਾਈ ਕੀਤਾ ਉਹਨੇ ਸਮਝ ਲਓ ਕਿ ਨੌਕਰੀ ਬੱਟ ਠੀਕ ਹੈ ਤਾਂ ਉਹਦੇ ਜੇ ਤੁਸੀਂ ਤਿਆਰੀ ਕਰਨੀ ਚਾਹੁੰਦੇ ਤਾਂ ਆਪਣੇ ਕੋਲੇ ਬੈਚ ਚੱਲ ਰਿਹਾ ਆਲ ਇੰਡੀਆ ਦੇ ਵਿੱਚ ਸਿਰਫ ਆਪਣਾ ਬੈਚ ਚੱਲ ਰਿਹਾ ਹੈਗਾ ਠੀਕ ਹੈ ਤੇ ਜਿੰਨੇ ਵੀ ਪ੍ਰਸ਼ਨ ਉਹਨਾਂ ਨੇ ਇੱਕ ਡੈਮੋ ਕਲਾਸ ਦੇ ਵਿੱਚ ਪਾਇਆ ਉਹ ਸਾਰੇ ਪ੍ਰਸ਼ਨ ਆਪਣੇ ਹੀ ਜਿਹੜੇ ਮੈਂ ਪੀਡੀਐਫ ਪਾਏ ਆ ਉਹਦੇ ਵਿੱਚ ਪਾਏ ਹੋਏ ਜਮਾਂ ਸੇਮ ਤੁਸੀਂ ਮਿਲਾ ਕੇ ਵੀ ਚੈੱਕ ਕਰ ਲਿਓ ਤੁਸੀਂ ਦੇਖ ਲਓ ਡੈਮੋ ਦੇ ਪ੍ਰਸ਼ਨ ਵੀ ਆਪਣੇ ਪੀਡੀਐਫਾਂ ਦੇ ਵਿੱਚੋਂ ਮੇਲ ਕਰ ਰਹੇ ਹੈ ਦੂਸਰਾ ਪੇਪਰ ਤਾਂ ਹੁਣੀ ਆਉਣਾਗਾ ਠੀਕ ਹੈ ਤਾਂ ਤਾਂ ਹੁਣ ਇਹ ਰਾਜੇ ਕੀ ਪ੍ਰੋਸੈਸ ਹੈ ਹੁਣ ਇਹ ਹੈਗਾ ਕਿ ਤੁਸੀਂ ਤਿਆਰੀ ਕਰਨੀ ਤਾਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਰਾਜੇ ਐਪ ਦਾ ਨਾਮ ਹੈਗਾ ਦੀਪ ਭੁੱਲਰ ਐਜੂਕੇਸ਼ਨ ਅਰਾ ਕੋਈ ਆਪਣੇ ਬਾਲੇ ਜ਼ਿਆਦਾ ਹਾਈ ਰੇਟ ਨਹੀਂ ਹੈਗੀ ਬੱਚੇ ਨੂੰ ਲੱਗੋਗੇ ਬਹੁਤ ਜ਼ਿਆਦਾ ਹਾਈ ਰੇਟ ਹੈ 800 ਤੋਂ 1000 400 ਤੋਂ 500 ਇਹਦੇ ਵਿੱਚ ਵਿੱਚ 600 ਠੀਕ ਹੈ ਜੀ ਤਾਂ ਕਰਕੇ ਇਹ ਤੁਸੀਂ ਤਿਆਰੀ ਕਰੋ ਇਹਦਾ ਫਾਇਦਾ ਕੀ ਹੈ ਰਾਜੇ ਇਹਦੇ ਵਿੱਚ ਫਾਇਦਾ ਤੇ ਕੀ ਹੈ ਕਿ ਸਿਰਫ ਤੁਹਾਨੂੰ ਪਤਾ ਲੱਗ ਜੂ ਕਿਹੜਾ ਕੰਟੈਂਟ ਕਰਨਾ ਵਿੱਚ ਬੱਚੇ ਬਾਟ ਟੈਂਟਾਂ ਨੇ ਵੀਡੀਓ ਕਰੀ ਜਾਂਦੇ ਆ ਠੀਕ ਹੈ ਬਾਕੀ ਕਰੰਟ ਫੇਰ ਆਪਣੇ ਫ੍ਰੀ ਚੱਲਣਗੇ ਹਮੇਸ਼ਾ YouTube ਦੇ ਵੀ ਚੱਲ ਰਿਹਾ YouTube ਤੁਹਾਨੂੰ ਕਰੰਟ ਕਰੰਟ ਫੇਰ ਤੁਹਾਨੂੰ ਪਤਾ ਹੀ ਹੈਗਾ ਕਿ ਕਰੰਟ ਫੇਰ ਆਪਣੇ ਕਰਵਾਏ ਹੋਏ ਚੋਂ ਨਾ ਤਾਂ ਅਜੇ ਤੱਕ ਕਦੇ ਬਾਹਰ ਆਏ ਨਾ ਕਦੇ ਆਉਣ ਠੀਕ ਹੈ ਤੁਸੀਂ ਜਿੰਨੀਆਂ ਮਰਜ਼ੀ ਵਗਜੋ ਕਰੰਟ ਅਫੇਅਰ ਆਪਣੇ ਚੈਨਲ ਤੇ ਆਉਣੇ ਐਨਾ ਮੈਨੂੰ ਵਿਸ਼ਵਾਸ ਹੈਗਾ ਠੀਕ ਹੈ ਤਾਂ ਉਹਦੀ ਟੈਨਸ਼ਨ ਨਾ ਲੋ ਕਰੰਟ ਅਫੇਅਰ ਦਾ ਕੰਮ ਇਹਦੇ ਤੋਂ ਛੱਡ ਦਿਓ ਅੱਜ ਵੀਡੀਓ ਅਪਲੋਡ ਹੋ ਜੂਗੀ ਇੱਕ ਹਫ਼ਤੇ ਦੀ ਹੋਰ ਠੀਕ ਹੈ ਡੇਲੀ ਤੁਹਾਨੂੰ ਵੀਡੀਓ ਮਿਲਿਆ ਕਰੂਗੀ ਤੇ ਪੀਡੀਐਫ ਤੁਹਾਡੇ ਬਣ ਜਾਂਦੇ ਹੁੰਦੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ 'ਚ ਮਿਲ ਜਾ ਕਰਨਗੇ ਤੇ ਬਾਕੀ ਦਾ ਜੇ ਮੈਥ ਮੂਥ ਆਪਾਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਹੋਇਆ ਐਪ ਤੇ ਵੀ ਠੀਕ ਹੈ ਅਲੱਗ ਤੋਂ ਬੈਚ ਲੈਣ ਦੀ ਕੋਈ ਉਹਨ ਇੱਕ ਬੈਚ ਦੇ ਵਿੱਚ ਹੀ ਤੁਹਾਡੇ ਪੰਜਾਬ ਦੇ ਸਾਰੇ ਪੇਪਰ ਕਲੀਅਰ ਹੋਣਗੇ ਠੀਕ ਹੈ ਜੀ ਤੇ ਬਿਲਕੁਲ ਨੋਰਮਲ ਬ੍ਰਾ 6 ਮਹੀਨੇ ਦੀ ਵੈਲਿਡਿਟੀ ਨਾਲ ਹੈ ਹੁਣ ਦੇਖੋ ਰਾਜੇ ਆ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਵਾਇਰਲ ਕੀਤਾ ਗਿਆ ਸਾਨੂੰ ਪਤਾ ਕਿ 1800 ਵੈਕੈਂਸੀ ਆ ਰਹੀ ਹੈ ਹੁਣ ਐਜੇ ਕੀ 1800 ਵੈਕੈਂਸੀ ਹੈ ਅਗਲੇ ਸਾਲੇ ਹੀ ਵੈਕੈਂਸੀ 4000 ਆ ਰਹੀ ਹੈ ਠੀਕ ਹੈ ਤਾਂ ਕਰਕੇ ਨੇ 8400 ਭਰਤੀ ਕੰਪਲੀਟ ਕਰਨੀ ਹੈ ਸਾਡੀ ਠੀਕ ਹੈ ਤੇ ਆ ਰਾਜੇ ਨੇ ਲੈਟਰ ਪਾਤਾ ਲੈਟਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਤੁਹਾਡਾ ਜਿਹੜਾ ਬਈ ਸਭ ਫਾਰਮਾਓ 1 1 2023 ਤੋਂ ਸ਼ੁਰੂ ਹੋ ਜਾਣੇ ਇੱਕ ਇੱਕ 2023 ਤੋਂ ਤੁਹਾਡੇ ਫਾਰਮ ਸ਼ੁਰੂ ਹੋ ਜਾਣੇ ਆ ਮਤਲਬ ਤੁਹਾਡੀ ਇੱਥੋਂ ਡੇਟ ਚੱਲ ਪੂਗੀ ਇਹ 5-10 ਦਿਨ ਅੱਗੇ ਵੀ ਹੋ ਸਕਦੀ ਹੈ ਬਾਅਦਰੋਂ ਬਾਅਦ 15 ਦਿਨ ਅੱਗੇ ਹੋ ਸਕਦੀ ਹੈ ਉਹ ਵੀ ਕੋਈ ਨੈਟਵਰਕ ਇਸ਼ੂ ਆ ਜਾਂਦਾ ਕੋਈ ਉਹਦੇ ਕਰਕੇ ਜਾਂ ਕੋਈ ਲਾਲੂ ਦੇ ਵਿੱਚ ਹੁੰਦਾਗਾ ਐਡਾ ਪ੍ਰੋਸੈਸ ਨਹੀਂ 15 ਜਨਵਰੀ ਤੱਕ ਤੁਹਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਪਹਿਲਾਂ ਤੁਹਾਡਾ ਆ ਜਾਣਾ ਰਿਟਰ ਐਗਜ਼ਾਮ ਤੁਹਾਡਾ 6ਵੇਂ ਮਹੀਨੇ ਦੇ ਵਿੱਚ ਹੋਣਾਗਾ ਠੀਕ ਹੈ ਡੇਟਾਂ ਵੀ ਦਿੱਤੀਆਂ ਤੇ ਰਿਟਰ ਐਗਜ਼ਾਮ ਦਾ ਰਿਜ਼ਲਟ ਤੁਹਾਡਾ 2 ਮਹੀਨਿਆਂ ਦੇ ਵਿੱਚ ਵਿੱਚ ਆ ਜਾਣਾ ਇਸ ਤੋਂ ਬਾਅਦ ਤੁਹਾਡੇ ਫਿਜ਼ੀਕਲ ਟੈਸਟ ਤੇ ਫਾਈਨਲ ਦੇ ਵਿੱਚ ਤੁਹਾਡੀ ਜੌਬ ਸਿਲੈਕਸ਼ਨ ਪੱਕੀ ਹੈ ਤਾਂ ਅੱਜ ਤੋਂ ਹੀ ਤਿਆਰੀ ਕਰਦ ਲਓ ਠੀਕ ਹੈ ਜੀ ਤਿਆਰੀ ਕਰਨ ਬਾਅਦ ਤੁਹਾਨੂੰ ਦੱਸਤਾ ਕਿ ਆਇਆ ਹੈ ਪਾ ਆਪਣੀ ਦੀਪਪੁੱਲ ਰੈਜੂਕੇਸ਼ਨ ਆਰਾ ਠੀਕ ਹੈ ਜਿਹੜੇ ਬੱਚਿਆਂ ਕੋਲੇ 78 43 85 915 ਮੇਰਾ ਨੰਬਰ ਵੀ ਹੈ ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਈ ਤੇ ਵੀ ਕਾਲ ਕਰ ਜਿੰਦਾ ਬੱਚਿਆਂ ਕੋਲੇ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰਨਾ ਹੈ ਕਲਾਸ ਪਲੱਸ ਤੇ ਉਹ ਆਰਜੀ ਕੋਡ ਫਿਲ ਕਰਨਾ ਡਬਲ ਐਕਸ ਰੈਮ ਠੀਕ ਹੈ ਜੀ ਬਾਕੀ ਜੇ ਕੋਈ ਕੈਂਡੀਡੇਟ ਟੈਲੀਗ੍ਰam ਗਰੁੱਪ ਜੁਆਇਨ ਕਰਨਾ ਚਾਹੁੰਦਾ ਹਰ ਤੇ ਨਵੀਂ ਅਪਡੇਟ ਲੈਣ ਵਾਸਤੇ ਟੈਲੀਗ੍ਰam ਗਰੁੱਪ ਦਾ ਲਿੰਕ ਵੀ ਤੁਹਾਨੂੰ ਮੈਂ ਡ ਠੀਕ ਹੈ ਜੀ ਬਾਕੀ ਨਵੇਂ ਕੈਡੀਟ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦਾ ਇੰਸਟਾਗ੍ਰam ਤੇ ਆਪਣੀ ਆਈ ਡੀ ਹੈਗੀ ਪੁੱਲਰ 3518 ਦੇਖੋ ਜਿਹੜਾ ਆਪਣਾ ਤਰੀਕਾ ਰਾਜੇ ਕਰਵਾਉਣ ਦਾ ਮੈਥ ਕਰਵਾਉਂਦੇ ਕੋ ਜਿਆਦਾ ਨੰਬਰ ਜਿਹੜੇ ਮਾਰਨੇ ਹੁੰਦੇ ਉਹ ਮਾਰਨੇ ਆ ਮੈਥ ਦੇ ਵਿੱਚੋਂ ਰੀਜ਼ਨਿੰਗ ਦੇ ਵਿੱਚੋਂ ਤੇ ਜੀ ਕੇ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਦੇ ਵਿੱਚੋਂ ਨੰਬਰ ਮਾਰਨੇ ਹੁੰਦੇ ਤੁਹਾਨੂੰ ਪਤਾ ਹੈਗਾ ਠੀਕ ਹੈ ਪਰ ਬਹੁਤ ਬੱਚਿਆਂ ਨੂੰ ਜਿਹਨਾਂ ਨੂੰ ਮੈਥ ਨਹੀਂ ਪੜਿਆ ਉਹਨਾਂ ਨੂੰ ਮੈਥ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਰੀਜ਼ਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੀ ਕੇ ਦੀ ਗੱਲ ਕਰਦਾ ਮੈਂ ਇੰਡੀਆ ਜੀ ਕੇ ਦੀ ਬਾਕੀ ਸਲੇਵਸ ਆਪਣਾ ਹੋ ਜਾਂਦਾ ਹੁੰਦਾ ਜਿਵੇਂ ਪੰਜਾਬੀ ਲੈਂਗੁਏਜ ਆ ਇਹ ਤੁਸੀਂ ਕਰ ਲਓਗੇ ਠੀਕ ਆ ਇਹ ਵੀ ਆਪਣੀ ਕਰਵਾਈ ਹੋਈ ਹੈ ਵੈਸੇ ਕਰ ਲਓਗੇ ਵੀ ਤੁਸੀਂ ਕੰਪਿਊਟਰ ਵੀ ਕਰ ਲਓਗੇ 10 ਨੰਬਰਾਂ ਦਾ ਪੰਜਾਬ ਜੀ ਕੇ ਵੀ ਤੁਹਾਡੀ ਹੋ ਜੂਗੀ ਕਿਉਂਕਿ ਪੰਜਾਬ ਜੀ ਕੇ ਦਾ ਲਿਮਟਿਡ ਜਿਹਾ ਸਲੇਵਸ ਹੈਗਾ ਜਿਆਦਾ ਜਿਹੜੇ ਸਿੰਘ ਫਸਦੇ ਆ ਉਹ ਮੈਥ ਦੇ ਵਿੱਚ ਰੀਜ਼ਨਿੰਗ ਦੇ ਵਿੱਚ ਜੀ ਕੇ ਦੇ ਵਿੱਚ ਜੀ ਕੇ ਦੇ ਵਿੱਚ ਸਭ ਤੋਂ ਜ਼ਿਆਦਾ ਸਿੰਘ ਫਸਦੇ ਆ ਕਿਉਂਕਿ ਜੀ ਕੇ ਦੇ ਵਿੱਚ ਜ਼ਿਆਦਾਤਰ ਜਿਹੜੇ ਪਾਏ ਜਾਂਦੇ ਆ ਉਹ ਪਾਏ ਜਾਂਦੇ ਆ ਕਰੰਟ ਅਫੇਅਰ ਹੁਣ ਕਰੰਟ ਅਫੇਅਰ ਆ ਜੇ ਤੁਸੀਂ ਦੇਖੋਗੇ ਤੁਸੀਂ YouTube ਚੈਨਲ ਲੱਖਾਂ ਸਾਨੂੰ ਮਿਲ ਜਾਣਗੇ YouTube ਤੇ ਕੋਈ ਇੱਕ ਦਿਨ ਦੀ ਇੱਕ ਘੰਟੇ ਦੀ ਕਲਾਸ ਲੌਂਦਾ YouTube ਤੇ ਠੀਕ YouTube ਤੇ ਇੱਕ ਦਿਨ ਦੇ ਕਰੰਟ ਅਫੇਅਰ ਦੀ ਇੱਕ ਘੰਟੇ ਦੀ ਕਲਾਸ ਕੋਈ ਤੁਹਾਨੂੰ 6-6 ਮਹੀਨੇ ਦੇ ਕਰੰਟ ਅਫੇਅਰ ਕਰਵਾਈ ਜਾਂਦਾ ਹੈਗਾ ਠੀਕ ਹੈ ਉਹ 6 ਮਹੀਨੇ ਦੇ ਕਰੰਟ ਅਫੇਅਰ ਕਰਵਾਉਂਦਾ ਮਤਲਬ ਅਸਲ ਪਤਾ ਕੀ ਹੁੰਦਾ ਹੈਗਾ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਰੰਟ ਅਫੇਅਰ ਜਿਹੜੇ ਮੈਂ ਤੁਹਾਨੂੰ ਹੁਣ ਵੀਕਲੀ ਕਰੰਟ ਅਫੇਅਰ ਕਰਵਾ ਰਿਹਾ ਹਾਂ ਵੀਕਲੀ ਇੱਕ-ਇੱਕ ਹਫ਼ਤੇ ਦੇ ਤੁਸੀਂ ਉਹ ਕਰ ਲਓ ਉਹ ਇੰਨੇ ਕ ਜਿਆਦਾ ਇੰਪੋਰਟੈਂਟ ਆ ਇੰਨੇ ਕ ਜਿਆਦਾ ਇੰਪੋਰਟੈਂਟ ਆ ਕਿ ਜੇ ਤੁਸੀਂ ਫੋਰੈਸਟ ਗਾਰਡ ਦਾ ਪੇਪਰ ਲੈ ਜਿਹੜੇ ਬੱਚੇ ਨੇ ਮੇਰਾ ਬੈਚ ਲੇਤਾ ਵਸੇ ਮਲਾ ਲਣ ਜਾ ਕੇ ਨਾਲ ਜਿੰਨੇ ਕਰੰਟ ਅਫੇਅਰ ਆਇਆ ਆਪਣੇ ਕਰਵਾਏ ਹੋਏ ਆਏ ਆ ਪੰਜਾਬ ਪੁਲਿਸ ਦਾ ਪੇਪਰ ਹੋਇਆ ਜਿੰਨੇ ਕਰੰਟ ਅਫੇਅਰ ਕਰਵਾਏ ਹੋਏ ਆਏ ਆ ਆਪਣੇ ਕਰਵਾਏ ਹੋਏ ਆਏ ਆ ਠੀਕ ਹੈ ਕਰੰਟ ਅਫੇਅਰਾਂ ਦੀ ਤੁਸੀਂ ਟੈਨਸ਼ਨ ਨਾ ਜੀ ਕੇ ਦੀ ਟੈਨਸ਼ਨ ਨਾ ਲੋ ਜਿਆ 30 ਨੰਬਰ ਜਿਹੜੀ ਜੀ ਕੇ ਤੋਂ ਪਾਉਣਗੇ ਇਹ ਉਹਦੀ ਆਪਣੀ ਜ਼ਿੰਮੇਵਾਰੀ ਆ 25 ਪਲੱਸ ਨੇ ਪਿਛਲੀ ਵਾਰ ਵੀ ਜ਼ਿੰਮੇਵਾਰੀ ਲੈਤੀ ਸੀ ਉਹੀ ਪ੍ਰੋਸੈਸ ਹੋਇਆ 25 ਪਲੱਸ ਨੰਬਰ ਤੁਹਾਡੇ ਜੀ ਕੇ ਮੈਥ ਦੇ ਵਿੱਚੋਂ ਜਿੰਨੇ ਨੰਬਰਾਂ ਦਾ ਮੈਥ ਆਊਗਾ ਜੇ ਮੰਨ ਲਓ ਮੈਥ ਦੇ ਵਿੱਚ 15 ਪ੍ਰੋਬਲਮ ਆਉਂਦੇ ਆ 13 ਨੰਬਰ ਦਾ ਤੁਸੀਂ ਹੱਲ ਕਰਕੇ ਆਉਂਗੇ ਰੀਜਨਿੰਗ ਦੇ 15 ਨੰਬਰਾਂ ਦਾ 14 ਨੰਬਰ ਤੁਸੀਂ ਹੱਲ ਕਰਕੇ ਆਉਂਗੇ ਠੀਕ ਹੈ ਪੰਜਾਬ ਜੀਕਰ ਤੁਸੀਂ ਭੁੱਲੀ ਜਾਊਗੀ ਬਾਹਰ ਬਾਹਰ ਜਾਊਗੀ ਪੰਜਾਬ ਜੀ ਕੇ ਕੰਪਿਊਟਰ ਹੋ ਗਿਆ ਆਪਣਾ ਦੂਸਰਾ ਪੰਜਾਬੀ ਲੈਂਗੁਏਜ ਹੋਗੀ ਇਹਦਾ ਤੁਸੀਂ ਛੱਡੀ ਤੋਂ ਕੀ ਨਾ ਆਊਗੀ ਮੇਨ ਪ੍ਰੋਸੈਸ ਇਹਨਾਂ ਦਾ ਹੋਣਾ ਇਹਦੇ ਜੋ ਤੁਹਾਡੇ ਨੰਬਰ ਫੁੱਲ ਦਵਾ ਦਾਂਗੇ ਬਾਕੀ ਫਿਜ਼ੀਕਲ ਦੇ ਟ੍ਰਾਈਲ ਹੁਣ ਤੋਂ ਦੇਖੋ ਇਨੇ ਬੱਚਿਆਂ ਨੂੰ ਮੈਂ ਕਹੀ ਗਿਆ ਕਿ ਫਿਜ਼ੀਕਲ ਦੀ ਤਿਆਰੀ ਕਰ ਲਓ ਬੱਚਿਆਂ ਨੇ ਕੀ ਕੀਤਾ ਪੇਪਰ ਤੋਂ ਬਾਅਦ ਵੀ ਫਿਜ਼ੀਕਲ ਦੀ ਤਿਆਰੀ ਨਹੀਂ ਕੀਤੀ ਤਾਂ ਉਹ ਬਹੁਤ ਬੱਚੇ ਇਹ ਜਿਹੇ ਸੀ ਜਿਹੜੇ ਪੇਪਰ ਕਲੀਅਰ ਕਰਨ ਤੋਂ ਬਾਅਦ ਵੀ ਫਿਜ਼ੀਕਲ ਦੇ ਵਿੱਚੋਂ ਰਹਿ ਗਏ ਠੀਕ ਹੈ ਜਿਹੜਾ ਤੁਹਾਡਾ ਰੀਟਰ ਪੇਪਰ ਹੋ ਗਿਆ ਆਪਾਂ ਉਹ ਤੋਂ ਮੈਟ ਕੱਢ ਦਾਂਗੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਬੱਚੇ ਫਿਜ਼ੀਕਲ ਦੀ ਤਿਆਰੀ ਕਰ ਲਿਓ ਠੀਕ ਹੈ ਰਾਜੇ ਤੇ ਆ ਪ੍ਰੋਸੈਸਰ ਇਹਨਾਂ ਵਾਲਾ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਰਾਜੇ ਠੀਕ ਹੈ ਬਿਲਕੁਲ ਨਾਰਮਲ ਪ੍ਰਾਈਸ ਆ ਕੋਈ ਇਦਾਂ ਨਹੀਂ ਹੈਗਾ ਕਿ ਤੁਹਾਨੂੰ 3 3 4 4 4000 15 1500 12 12 ਤੇ ਪਾਰਟੀ ਤੁਰੀ ਆ ਰਹੀ ਹੈ ਵਧਾਈਆਂ ਪਈ ਤੁਹਾਨੂੰ ਸਾਰਿਆਂ ਨੂੰ